ਠੱਕ ਕੇ ਖਾ ਕੇ ਦੁਨੀਆ ਖਰਾਬ ਨਹੀਂ ਕਿਹਾ ਸੱਚਾਈ ਕੇ ਲਈ ਯਹਾਂ ਆਏ ਥੇ ਸੱਚਾਈ ਕੇ ਲਈ ਦੁਨੀਆ ਕੇ ਲਈ ਆ ਗਏ ਬਾਰ ਬਾਰ ਕਾਲ ਕਰਨੇ ਕੇ ਬਾਅਦ ਯੇ ਹਮਾਰੇ ਪਾਸ ਆ ਨਹੀਂ ਰਹਾ ਥਾ ਇਸ ਲਈ ਹਮਨੇ ਯਹਾਂ ਰੈਡ ਮਾਰੀ ਔਰ ਆਏ ਹੈਂ ਔਰ ਆਏਂਗੇ ਹਮ ਨਹੀਂ ਡਰਤੇ ਤੁਸੀਂ ਇੱਥੇ ਵਿਰੋਧ ਕਰ ਰਹੇ ਹੋ ਹੰਗਾਮਾ ਕਰ ਰਹੇ ਹੋ ਕਿਉਂ ਹੰਗਾਮਾ ਕਿਉਂ ਕਰ ਰਹੇ ਹੋ ਮੇਰਾ ਸਿਕੰਦ ਜਾਣੇ ਮੇਰੇ ਸਿੰਡ ਦੇ ਨਾਂ ਕਿਵੇਂ ਰੱਖੇਗਾ ਜੀ ਕਮਾਲ ਦੀ ਗੱਲ ਨਹੀਂ ਹੋਰ ਰੱਖੇ ਦੁਨੀਆ ਰੱਖਦੀ ਫਿਰਦੀ ਆ ਮੇਰੇ ਹੀ ਸਿਕੰਦ ਦਾ ਨਾਂ ਰੱਖਣਾ ਜਿਹੜਾ ਕਹਿੰਦੇ BKU ਦੇ ਨਾਂ ਤੇ ਕਈ ਸਾਰੇ ਸੰਗਠਨ ਨੇ ਉਹ ਤੇ ਵਿਰੋਧ ਨਹੀਂ ਕਰਦੇ ਤੁਸੀਂ ਕਿਹੜੇ BKU ਵਾਲੇ BKU ਵਾਲਾ ਐਨ ਕਰੋ ਸਾਰੇ ਪੰਜਾਬ 'ਚ ਰਜਿਸਟਰ ਦਿਖਾਓ ਕਿਹੜਾ ਇੱਕ ਭਾਰਤੀ ਆ ਕਿਸਾਨ ਯੂਨੀਅਨ ਦਾ ਪੰਜਾਬ ਦੇ ਵਿੱਚ ਇੱਕ ਤੇ ਹੋ ਸਕਦੀ ਆ ਆਲ ਇੰਡੀਆ ਦੇ ਵਿੱਚ ਇੱਕ ਹੋ ਸਕਦੀ ਆ ਰਕੇਸ਼ ਗੇਟ ਦੀ ਕਰਾਓ ਕਿਦਾਂ ਹੈ ਤਾਂ ਵੀ ਮੈਂ ਵਿਰੋਧ ਨਹੀਂ ਕਰਦਾ ਕਿਉਂਕਿ ਇਹ ਏਜੰਸੀਆਂ ਦੇ ਬੰਦੇ ਨੇ ਅਤੇ ਏਜੰਸੀਆਂ ਦੇ ਕਹਿਣ 'ਤੇ ਖਲਲ ਪਾਉਣ ਆਇਆ ਕਿ ਇਹਨੂੰ ਪੰਜਾਬ ਦੇ ਵਿੱਚ ਖੜਾ ਨਹੀਂ ਹੁੰਦਣਾ ਪਰ ਉਹ ਤੁਸੀਂ ਵੇਖ ਲਿਆ ਵੀ ਕਿੰਨਾ ਇੱਥੇ ਛੋਟੀ ਜਿਹੀ ਮੀਟਿੰਗ ਸੀ ਸਾਡੀ ਅਤੇ ਕਿੱਡਾ ਇਕੱਠ ਸੀਗਾ ਹੰਗਾਮਾ ਵੀ ਕਾਫੀ ਹੋਇਆ ਇੱਕ ਬੰਦੇ ਤੋਂ 1100 ਰੁਪਇਆ ਲੈਂਦਾ ਇੱਕ ਬੰਦੇ ਦੇ ਆਈਡੀ ਕਾਰਡ ਬਣਾਉਣ ਵਾਸਤੇ ਇਸ ਚੀਜ਼ ਦਾ ਉਹ ਫਰੀ ਦਾ ਆ ਮੇਰੇ ਆਂਦਾ ਦਾਦਾ ਬਣਾਉਣ ਦਾ ਇਹਨੇ 1000 ਆਦਮੀ ਦੇ ਕਾਰਡ ਬਣਾਏ ਔਰ ਇੱਕ ਜ਼ਿਲ੍ਹੇ ਜ਼ਿਲ੍ਹੇ ਦੇ 30 ਕਾਰਡ ਇੱਕ ਜ਼ਿਲ੍ਹੇ ਦੇ ਨੇ ਲਖਵਿੰਦਰ ਸਿੰਘ ਦਾ ਤੇ ਯੂਨੀਅਨ ਵਿੱਚ ਹਿਸਾਬ ਹੋਣਾ ਉਹਦਾ 1 ਰੁਪਇਆ ਵੀ ਦਿੱਤਾ ਹੋਵੇ ਤੇ ਇਹਨੂੰ ਆਖਦੇ ਗੁਰਦੁਆਰੇ ਬਾਰ ਕੇ ਮੱਥਾ ਟੇਕਦੇ ਗੁਰਮੁਖ ਸਿੰਘ ਨੂੰ 1 ਰੁਪਇਆ ਦਿੱਤਾ ਬਲਕਿ ਜਿਹੜਾ ਮੇਰੇ ਤੋਂ ਬਹਿ ਲੈਣ ਕਿਧਰੇ 500 ਮੇਰਾ 5-5 ਹਜ਼ਾਰ ਦਾ ਬਿੱਲਾ ਇਹਦੇ ਘਰ ਪਿਆ ਹੈ 5 ਰੁਪਏ ਗੁਰਮੁਖ ਸਿੰਘ ਨੇ ਦਿੱਤੇ ਤਾਂ ਮੈਂ ਚੋਰ ਹਾਂ ਸਾਰੀ ਜ਼ਿੰਦਗੀ ਵਾਸਤੇ ਇਹਨੇ ਕਰੋੜਾਂ ਰੁਪਏ ਕਮਾਏ ਨੇ ਖੂਨ ਦੇ ਵਿੱਚ ਵੀ ਕਮਾਏ ਨੇ ਮੇਰੇ ਅੰਦਾ ਤਾਂ ਜੀ ਕਮਾਏ ਨੇ ਬਿਲਕੁਲ ਟੋਲ ਪਲਾਜ਼ਾ ਦੇ ਕਾਰਡ ਬਣਾਉਣ ਦਾ ਮੇਰੇ ਕੋਲ ਅਧਿਕਾਰ ਸਰ ਗੁਰਮੁਖ ਸਿੰਘ ਵਿਰਕ ਨੇ ਦਿੱਤਾ ਮੇਰੇ ਕੋਲ ਇਸ ਮੇਰੀ ਜੇਬ 'ਚ ਕਾਰਡ ਨਹੀਂ ਹੈਗਾ ਮੈਂ ਦਿਖਾ ਦਾਂਗਾ ਉਸ ਕਾਰਡ ਦੇ ਉੱਤੇ ਗੁਰਮੁਖ ਸਿੰਘ ਵਿਰਕ ਦੇ ਸੈਨ ਨੇ ਮੈਨੂੰ ਚਲੋ ਜ਼ਿਲ੍ਹੇ ਦਾ ਪ੍ਰਧਾਨ ਸਾਹਿਬ ਦਾ ਉਹਦੇ 'ਤੇ ਉਹਨੇ ਲਿਖਿਆ ਟੋਲ ਫਰੀ ਅਤੇ ਮੈਂ ਆਪਣੇ ਪ੍ਰਧਾਨ ਦੀ ਜਥੇਬੰਦੀ ਜਿਹੜੇ ਨਿਯਮ ਨੇ ਮੈਂ ਉਹਨੂੰ ਫੋਲੋ ਕਰਨਾ ਜਿਹੜੇ 1000 ਰੁਪਏ ਦਾ ਇਲਜ਼ਾਮ ਲਾਇਆ ਉਹ ਵੀ ਇਹ ਬੰਦੇ ਸਾਹਮਣੇ ਲੈ ਕੇ ਆਉਣਾ ਕਿਹਦੇ ਕੋਲ ਪੈਸੇ ਲਿਆ ਮੈਂ ਕਿਸੇ ਕੋਲੋਂ ਵੀ ਪੈਸਾ ਨਹੀਂ ਲਿਆ ਨਾ ਮੈਂ ਕਿਸੇ ਦੀ ਪਰਚੀ ਕੱਟੀ ਹੈ ਮੈਂ ਸਿਰੇ ਤੋਂ ਇਹਦੇ ਝੂਠੇ ਇਲਜ਼ਾਮ ਨਿਖਾਰਦਾ ਹੈਰਾਨਗੀ ਵਾਲੀ ਗੱਲ ਤਾਂ ਵੇਖੋ ਕਿ ਪੱਤਰਕਾਰ ਜਿਹੜਾ ਆਲ ਇੰਡੀਆ ਦੇ ਬੰਦੇ ਦੇ ਨਾਲ ਗੱਲ ਕਰਦਾ ਮਖੂ ਹਰ ਬੰਦੇ ਨਾਲ ਗੱਲ ਕਰ ਰਿਹਾ ਕਮਾਲ ਦੀ ਗੱਲ ਤੇ ਆ ਉਹ ਹਰ ਬੰਦੇ ਦੀ ਗੱਲ ਚੱਕ ਲੈਂਦਾ ਚਾਹੇ ਉਹ ਨੇਤਾ ਹੈ ਚਾਹੇ ਕੋਈ ਅਕਾਲ ਤਖ਼ਤ ਦਾ ਬੰਦਾ ਜਿਹੜਾ ਵੀ ਟਿੱਪਣੀ ਕਰਦਾ ਉਹਦਾ ਵਿਰੋਧ ਕਰਦਾ ਉਹੀ ਬੰਦਾ ਝੂਠੇ ਬੰਦੇ ਦਾ ਸਾਥ ਦੇ ਰਿਹਾ ਝੂਠੇ ਬੰਦੇ ਸਾਥ ਦੇ ਰਿਹਾ ਪੱਤਰਕਾਰੀ ਨਹੀਂ ਤੁਸੀਂ ਸਾਬਿਤ ਕਰੋਗੇ ਝੂਠਾ ਹੈਗੇ ਮੈਂ ਝੂਠ ਬੋਲਦਾ ਹੀ ਮੈਂ ਸਾਬਿਤ ਕਰਾਂਗਾ ਉਹ ਬੰਦਾ ਝੂਠਾ ਸਾਥ ਦੇ ਰਿਹਾ ਮੈਨੂੰ ਕਹਿੰਦਾ ਵੀ ਇਹ ਢਾਹ ਲਾਉਣ ਵਾਸਤੇ ਐਸ ਕੇ ਐਮ ਨੂੰ ਮੈਨੂੰ ਸਬੂਤ ਕਰਾ ਦੇ ਮੈਂ ਇਹਦਾ ਚੋਰ ਹਾਂ ਸਾਰੀ ਜ਼ਿੰਦਗੀ ਵਾਸਤੇ ਇੱਕ ਵੀ ਇਹ ਬੰਦਾ ਝੂਠਾ ਸੱਚਾ ਚਾਹੇ ਝੂਠਾ ਉਹ ਮੀਡੀਆ ਕੋਲ ਪੇਸ਼ ਕਰਨ ਔਰ CP ਨੂੰ ਜਾ ਕੇ ਦਰਖਾਸਤ ਐਫੀਡੇਵਿਟ ਮੇਰੇ ਦੇ ਖਿਲਾਫ ਦੇਣ ਕਿ ਨਵਾਣਾ ਸਾਹਿਬ ਨੇ ਪੈਸੇ ਦਿੱਤੇ ਵਿਦ ਪ੍ਰੂਫ ਸਾਬਤ ਕਰਨੇ ਕਿਸਾਨ ਤੇ 40 ਕਰਦਾ 6 ਮਹੀਨੇ ਮਿਹਨਤ ਕਰਦਾ ਇਹ ਅੰਦਾਜ਼ਾ ਨਹੀਂ ਤੇ ਹੋਰ ਹੈ ਕੀ ਆ ਅਸਲ
ਪਰ ਮੈਂ ਹਰਿਆਣੇ ਇੱਧਰ ਨੋਟਿਸ ਭੇਜੋ ਤੁਸੀਂ ਕਾਨੂੰਨ ਦੀ ਅੰਨਦਾਤਾ ਕਿਸਾਨ ਮਜ਼ਦੂਰ ਯੂਨੀਅਨ ਦਾ ਜੋ ਹੈ ਕਿਤੇ ਨਾ ਕਿਤੇ ਵਿਰੋਧ ਹੋ ਰਿਹਾ ਹੈ। ਕੁਛ ਲੋਕ ਜੋ ਹੈ ਅੱਜ ਅੰਨਦਾਤਾ ਕਿਸਾਨ ਮਜ਼ਦੂਰ ਯੂਨੀਅਨ ਦੀ ਲੁਧਿਆਣਾ ਦੇ ਵਿੱਚ ਮੀਟਿੰਗ ਸੀ, ਉੱਥੇ ਪਹੁੰਚੇ ਨੇ, ਵਿਰੋਧ ਕੀਤਾ ਜਾ ਰਿਹਾ, ਕੀ ਗੱਲ ਜਾਣਕਾਰੀ ਕਰਦੇ, ਕੀ ਨਾਂ ਜੀ ਆਪਣਾ? ਮੈਂ ਸਰਦਾਰ ਗੁਰਮੁਖ ਸਿੰਘ, ਅੰਨਦਾਤਾ ਕਿਸਾਨ ਯੂਨੀਅਨ ਦਾ ਰਾਸ਼ਟਰ ਅਧਿਕਸ਼ਾ ਆਲ ਇੰਡੀਆ ਤੋਂ। ਕਿੱਥੋਂ ਆਏ ਹੋ? ਮੈਂ ਰਾਜਪੁਰਾ ਤੋਂ ਐਸਟ ਆਇਆ, ਮੌਕੇ ਤੋਂ, ਕਰਨਾਲ ਵੀ ਹੈ ਮੇਰੀ ਜ਼ਮੀਨ ਹੈਗੀ, ਮੈਂ ਕਰਨਾਲ ਵੈਸੇ ਮੈਂ ਰਹਿੰਦਾ ਜ਼ਿਆਦਾ, ਰਾਜਪੁਰੇ ਹੀ ਹਾਂ। ਕੀ ਮਾਮਲਾ ਕੀ, ਕਿਉਂ ਵਿਰੋਧ ਕੀਤਾ ਜਾ ਰਿਹਾ ਤੁਹਾਡੇ? ਵਿਰੋਧ ਇਹ ਕੀਤਾ ਜਾ ਰਿਹਾ ਕਿ ਮੈਂ ਇਸ ਬੰਦੇ ਨੂੰ ਪ੍ਰਧਾਨ ਬਣਾਇਆ ਸੀਗਾ, ਨਵਾਣਾ ਜੀ ਨੂੰ। ਮੈਂ ਨਵਾਣਾ ਜੀ ਨੂੰ ਜਦੋਂ ਮੈਂ ਪ੍ਰਧਾਨ ਬਣਾਇਆ ਸੀਗਾ, ਇਹਦਾ ਵਿਰੋਧ ਹੋਣ ਲੱਗ ਪਿਆ ਕਿ ਬਈ ਇਹਨੇ ਕਰੋੜਾਂ ਰੁਪਈਏ ਮੈਨੂੰ ਲੋਕ ਕਹਿਣ ਲੱਗ ਪਏ, ਇਲਾਕੇ ਦੇ ਦੱਸਣ ਲੱਗ ਪਏ। ਜਦੋਂ ਮੈਂ ਇੱਥੇ ਸਰਵਾ ਕੀਤਾ ਜਗ੍ਹਾ ਜਗ੍ਹਾ 'ਤੇ, ਤੁਸੀਂ ਯਕੀਨ ਕਰੋ, ਮੈਂ ਲਾਸਟ ਰੇਹੜੀਆਂ ਵਾਲਿਆਂ ਤੋਂ ਵੀ ਪੁੱਛਿਆ, ਉਹਨਾਂ ਇਹਦੇ ਬਾਰੇ ਇੰਨਾ ਇੰਨਾ ਵੱਡਾ ਗਲਤ ਕਿਹਾ ਕਿ ਚੋਰ ਬੰਦਾ ਤੇ ਬੜਾ ਵੇਚਦਾ ਪਿਆ, ਖੂਨ ਵੇਚਦਾ ਪਿਆ। ਫਿਰ ਮੈਂ ਇਹਨੂੰ ਆਪਣੇ ਘਰ ਸੱਦਿਆ, 10 ਦਿਨ ਲਗਾਤਾਰ ਮੇਰੇ ਘਰ ਰਿਹਾ, ਮੈਂ ਇਹਦਾ ਡਿਸਕਸ ਕਰਦਾ ਰਿਹਾ, ਇਹਨੂੰ ਮੈਂ ਸਮਝਾਇਆ ਕਿ ਵੀਰ ਤੂੰ ਇਸ ਟਾਈਮ ਜਿਹੜਾ ਖੂਨ ਜਿਹੜਾ ਇੰਨਾ ਦੁਨੀਆ 'ਤੇ ਬੜਾ ਵੱਡਾ ਅਟੈਕ ਲੱਗਦਾ ਹੈ। ਅਤੇ ਦੂਸਰੀ ਗੱਲ, ਭਾਈ ਕਨਈਆ ਦਾ ਤੂੰ ਨਾਂ ਰੱਖਿਆ ਹੋਇਆ ਹੈ, ਭਾਈ ਕਨਈਆ ਜਿਹੜਾ ਸੀਗਾ ਉਹ ਖੂਨ ਜਿਹੜਾ ਸੀ ਉਹ ਪਾਣੀ ਪਿਲਾਉਂਦਾ ਸੀ, ਉਹ ਮਲਮ ਪੱਟੀ ਕਰਦਾ ਸੀ, ਨਾ ਕਿ ਲੋਕਾਂ ਦਾ ਖੂਨ ਕੱਢਦਾ ਸੀ। ਤੂੰ ਉਹਦਾ ਜਿਹੜਾ ਸਿਸਟਮ ਨੂੰ ਤੂੰ ਠੀਕ ਜਿਹੜਾ ਕਰ, ਤੂੰ ਨਾਂ ਜਿਹੜਾ ਨਾ ਇੱਕ ਤਾਂ ਜਿਹੜਾ ਨਾਂ ਰੱਖਿਆ ਨਾ ਉਹ ਬੜਾ ਗਲਤ ਰੱਖਿਆ, ਤੂੰ ਜਿਹੜਾ ਭਾਈ ਖੂਨ ਕੱਢਦਾ,
ਤੇ ਲੋਕ ਕਹਿੰਦੇ ਨੇ ਵੀ ਖੂਨ ਵੇਚਦਾ। ਇੱਕ ਯੂਨਿਟ ਦੇ ਵਿੱਚੋਂ 300 ਰੁਪਏ ਇੱਕ ਯੂਨਿਟ ਤੋਂ ਮਿਲਦਾ। ਤੁਹਾਡੇ ਕੋਲ ਪ੍ਰੂਫ ਹੈਗਾ? ਬਿਲਕੁਲ ਦਿਆਂਗੇ ਵੀਰ ਜੀ, ਵਿਦ ਲਾਈਆਂ ਨੇ ਅਸੀਂ ਸਾਰੀ ਜਗ੍ਹਾ ਦੇ ਉੱਤੇ ਲਾਈਆਂ ਨੇ, ਇੰਡੀਆ ਕਮਿਸ਼ਨ ਤੱਕ ਵੀ ਚਿੱਠੀਆਂ ਪਾਤੀਆਂ ਨੇ, ਅਸੀਂ ਡੀਸੀ ਤੱਕ ਵੀ ਪਾਤੀਆਂ ਨੇ। ਇਹਦੀ ਗਵਾਹੀ ਚੱਲ ਰਹੀ ਹੈ। ਅਸੀਂ ਆਪਣਾ ਵੀ ਕੇਸ ਜਿਹੜੀ ਅਤੇ ਫਾਈਲ ਜਿਹੜੀ ਦਾਇਰ ਕਰਕੇ ਅਤੇ ਕਈ ਸਟੇਟਾਂ ਤੋਂ ਮੈਨੂੰ ਸਮਨਿੰਗ ਭੇਜਦਾ। ਤੁਸੀਂ ਅੰਨਦਾਤਾ ਜਿਹੜਾ ਸ਼ਬਦ ਇਸਤੇਮਾਲ ਕੀਤਾ ਉਹਦਾ ਵੀ ਵਿਰੋਧ ਕਰ ਰਹੇ ਹੋ ਕਿ ਅੰਨਦਾਤਾ ਨਹੀਂ ਲਾਉਣਾ ਚਾਹੀਦਾ ਸਾਡੀ ਯੂਨੀਅਨ? ਵੇਖੋ ਜੀ, ਸਭ ਤੋਂ ਵੱਡੀ ਗੱਲ ਤਾਂ ਹੈਗੀ ਆ, ਜਿਹੜੇ ਅਸੀਂ ਮੇਰਾ ਜਿਹੜਾ ਆਪਣਾ ਰਜਿਸਟਰਡ ਹੈ ਮੇਰਾ, ਮੈਂ ਆਲ ਇੰਡੀਆ ਦਾ ਪ੍ਰਧਾਨ, ਮੈਂ ਮਿਹਨਤ ਕੀਤੀ ਆਲ ਇੰਡੀਆ। ਇਸ ਬੰਦੇ ਨੇ ਕੁਛ ਸੰਗਠਨ ਬਣਾਉਣਾ ਸੀ ਜਾਂ ਨਹੀਂ ਸੀ ਬਣਾਉਣਾ, ਮੈਨੂੰ ਨਹੀਂ ਸੀ ਮਤਲਬ, ਪਰ ਜਿੱਦਣ ਇਹ ਮੇਰੇ ਸੰਗਠਨ ਵਿੱਚ ਆਇਆ ਸੀ, ਇਹਨੇ ਗੁਰੂ ਗ੍ਰੰਥ ਸਾਹਿਬ ਦੀ ਵਾਕ ਲੈ ਕੇ ਸਹੁੰ ਖਾ ਕੇ ਕਿ ਮੈਂ ਆਪਣੇ ਭਾਈ ਘੜਿਆ ਦੀ ਜਿਹੜੀ ਮੈਂ ਚਲਾਉਂਦਾ, ਮੈਂ ਹੀ ਚਲਾਵਾਂਗਾ। ਜੇ ਮੈਂ ਕਦੇ ਬਣਾਵਾਂਗਾ ਤਾਂ ਮੇਰਾ ਸੱਚੇ ਪਾਤਸ਼ਾਹ ਮੈਨੂੰ ਵੇਖੇਗਾ। ਮੈਨੂੰ ਵੀ ਵਿਸ਼ਵਾਸ ਹੈ ਗੁਰੂ ਕੋਈ ਨਾ ਕੋਈ ਰਸਤਾ ਕੱਢੇਗਾ। ਜੇ ਝੂਠਾ ਹੈ ਨਾ, ਜਾਂ ਮੈਂ ਝੂਠਾ, ਤਾਂ ਮੈਨੂੰ ਵੀ ਕੋਈ ਸਜ਼ਾ ਦੇ ਗੁਰੂ ਸਾਹਿਬ। ਅਤੇ ਜੇ ਇਹਨੇ ਪਾਤਸ਼ਾਹ ਦੇ ਵਾਕ ਲੈ ਕੇ ਮੇਰੇ ਘਰ ਬਹਿ ਕੇ ਮੇਰੇ ਪਰਿਵਾਰ ਦੇ ਵਿੱਚ ਬਹਿ ਕੇ ਇੱਕ ਵਾਰ ਨਹੀਂ 10 ਵਾਰ ਕਿਹਾ ਕਿ ਮੈਂ ਇਹ ਕੰਮ ਕਦੀ ਨਹੀਂ ਕਰਾਂਗਾ, ਆਪਣੇ ਘਰ ਬਹਿ ਜਾਵਾਂਗਾ। ਚਲੋ, ਉਹਨਾਂ ਨੇ ਹੁਣ ਆਪਣੀ ਯੂਨੀਅਨ ਬਣਾ ਲਈ, ਮੀਟਿੰਗ ਕਰ ਰਹੇ ਸੀ, ਤੁਸੀਂ ਇੱਥੇ ਵਿਰੋਧ ਕਰ ਰਹੇ ਹੋ, ਹੰਗਾਮਾ ਕਰ ਰਹੇ ਹੋ, ਕਿਉਂ ਹੰਗਾਮਾ ਕਿਉਂ ਕਰ ਰਹੇ ਹੋ? ਮੇਰਾ ਸਿਕੰਡ ਜਾਣੇ ਮੇਰੇ ਸਿਕੰਡ ਦਾ ਨਾਂ ਕਿਵੇਂ ਰੱਖੇਗਾ ਜੀ? ਕਮਾਲ ਦੀ ਗੱਲ ਨਹੀਂ, ਹੋਰ ਰੱਖੇ ਦੁਨੀਆ ਰੱਖਦੀ ਫਿਰਦੀ ਆ, ਮੇਰੇ ਹੀ ਸਿਕੰਡ ਦਾ ਨਾਂ ਰੱਖਣਾ ਜਿਹੜਾ? ਕਹਿੰਦੇ BKU ਦੇ ਨਾਂ ਤੇ ਕਈ ਸਾਰੇ ਸੰਗਠਨ ਨੇ, ਉਹ ਤੇ ਵਿਰੋਧ ਨਹੀਂ ਕਰਦੇ ਤੁਸੀਂ? ਕਿਹੜੇ BKU ਵਾਲੇ? BKU ਵਾਲਾ ਐਨ ਕਰੋ, ਸਾਰੇ ਪੰਜਾਬ 'ਚ ਰਜਿਸਟਰ ਦਿਖਾਓ ਕਿਹੜਾ। ਇੱਕ ਭਾਰਤੀ ਕਿਸਾਨ ਯੂਨੀਅਨ ਦਾ ਪੰਜਾਬ ਦੇ ਵਿੱਚ ਇੱਕ ਤੇ ਹੋ ਸਕਦੀ ਆ, ਆਲ ਇੰਡੀਆ ਦੇ ਵਿੱਚ ਇੱਕ ਹੋ ਸਕਦੀ ਆ, ਰਕੇਸ਼ ਕੇਟ ਦੀ ਕਰਾਓ ਕਿਦਾਂ ਹੈ? ਤਾਂ ਵੀ ਮੈਂ ਵਿਰੋਧ ਨਹੀਂ ਕਰਦਾ, ਇੱਕ ਵੀ ਵਿਰੋਧ ਨਹੀਂ ਕਰਦਾ। ਮੈਨੂੰ ਬੁਖਾਰ ਦੇ ਨਾਂ ਰੱਖੀ ਬੰਦੇ ਲੋਕ, ਉਹਨਾਂ ਦੇ ਰਜਿਸਟਰ ਨਹੀਂ ਹੈਗੇ। ਮੇਰਾ ਰਜਿਸਟਰ ਮੈਂ ਦਾਵਾ ਭਰਨਾ, ਮੇਰੀ ਰਜਿਸਟਰ ਮੈਂ ਤਾਂ ਦਾਵਾ ਪਾ ਰਿਹਾ ਨਾ, ਮੈਂ ਧੱਕੇ ਖਾਧੇ ਨੇ, ਮੈਂ 14 ਸਟੇਟਾਂ ਸਿਕੰਡਰ ਚਲਾਇਆ, ਬਹੁਤ ਵੱਡੀ ਮੀਟਿੰਗ ਰੱਖ ਰਿਹਾ, ਇਹ ਕੀ ਮੀਟਿੰਗ ਆ? ਉਹਨਾਂ ਦਾ ਕਹਿਣਾ ਕਿ ਤੁਸੀਂ ਕੋਈ ਨੋਟਿਸ, ਕਾਨੂੰਨੀ ਨੋਟਿਸ ਭੇਜੋ, ਅਗਰ ਕੋਈ ਸਾਡੀ ਗਲਤ ਕਰ ਰਿਹਾ ਤਾਂ ਸੁਧਾਰ ਕਰ ਲਾਂਗੇ, ਸਾਡਾ ਸੁਧਾਰ ਕਰ ਲਾਂਗੇ ਨਾਂ ਦੇ ਵਿੱਚ। ਜਿਹੜਾ ਮੈਂ ਪਸਾਬ ਮੰਗਣ ਆਇਆ, ਜਿਹੜਾ ਇੱਕ ਬੰਦੇ ਤੋਂ 1100 ਰੁਪਇਆ ਲੈਂਦਾ ਇੱਕ ਬੰਦੇ ਦੇ ਆਈਡੀ ਕਾਰਡ ਬਣਾਉਣ ਵਾਸਤੇ, ਕਿਸ ਚੀਜ਼ ਦਾ? ਫਰੀ ਦਾ, ਆ ਮੇਰੇ ਅੰਦਾਜ਼ਾ ਦਾ ਬਣਾਉਣ ਦਾ। ਇਹਨੇ 1000 ਆਦਮੀ ਦੇ ਕਾਰਡ ਬਣਾਏ, ਔਰ ਇੱਕ ਜ਼ਿਲ੍ਹੇ ਦੇ 30 ਕਾਰਡ ਇੱਕ ਜ਼ਿਲ੍ਹੇ ਦੇ ਨੇ ਲਖਵਿੰਦਰ ਸਿੰਘ ਦਾ। ਤੇ ਯੂਨੀਅਨ ਵਿੱਚ ਹਿਸਾਬ ਹੋਣਾ ਉਹਦਾ। 1 ਰੁਪਇਆ ਵੀ ਦਿੱਤਾ ਹੋਵੇ ਤੇ ਇਹਨੂੰ ਆਖਦੇ ਗੁਰਦੁਆਰੇ ਵਾਲ ਕੇ ਮੱਥਾ ਟੇਕਦੇ ਗੁਰਮੁਖ ਸਿੰਘ ਨੂੰ 1 ਰੁਪਇਆ ਦਿੱਤਾ, ਬਲਕਿ ਜਿਹੜਾ ਮੇਰੇ ਤੋਂ ਪੈਸੇ ਲੈਣ, ਕਿਧਰੇ 500 ਮੇਰਾ 5-5 ਹਜ਼ਾਰ ਦਾ ਬਿੱਲਾ ਇਹਦੇ ਘਰ ਪਿਆ ਹੈ, 5 ਰੁਪਏ ਗੁਰਮੁਖ ਸਿੰਘ ਨੇ ਦਿੱਤੇ ਤਾਂ ਮੈਂ ਚੋਰ ਹਾਂ ਸਾਰੀ ਜ਼ਿੰਦਗੀ ਵਾਸਤੇ। ਇਹਨੇ ਕਰੋੜਾਂ ਰੁਪਈਏ ਕਮਾਏ ਨੇ, ਖੂਨ ਦੇ ਵਿੱਚ ਵੀ ਕਮਾਏ ਨੇ, ਮੇਰੇ ਅੰਦਾਜ਼ਾ 'ਚ ਵੀ ਕਮਾਏ ਨੇ। ਉਹਦਾ ਹੀ ਮੈਂ ਪਸਾਬ ਮੰਗਣ ਵਾਸਤੇ ਇਹਦੇ ਕੋਲ ਆਇਆ, ਨਾ ਕਿ ਮੈਂ ਉਹ ਕਰਨ ਆਇਆ ਵਾ। ਕਾਫੀ ਹੰਗਾਮਾ ਵੀ ਹੋਇਆ ਇੱਥੇ। ਹੰਗਾਮਾ ਹੋਇਆ ਜਿਹੜੇ ਕੁਛ ਚਾਰ ਪਰੂ ਸੁਧਾਰ ਲੱਗੇ ਨੇ, ਜਿਹੜੇ ਝੂਠੇ ਲੋਕ ਲੱਗੇ ਨੇ। ਹੈਰਾਨਗੀ ਵਾਲੀ ਗੱਲ ਤਾਂ ਵੇਖੋ ਕਿ ਪੱਤਰਕਾਰ ਜਿਹੜਾ ਆਲ ਇੰਡੀਆ ਦੇ ਬੰਦੇ ਦੇ ਨਾਲ ਗੱਲ ਕਰਦਾ, ਮਖੂ ਹਰ ਬੰਦੇ ਨਾਲ ਗੱਲ ਕਰ ਰਿਹਾ, ਕਮਾਲ ਦੀ ਗੱਲ ਤਾਂ ਆ। ਉਹ ਹਰ ਬੰਦੇ ਦੀ ਗੱਲ ਚੱਕ ਲੈਂਦਾ, ਚਾਹੇ ਉਹ ਨੇਤਾ ਹੈ ਚਾਹੇ ਕੋਈ ਅਕਾਲ ਤਖ਼ਤ ਦਾ ਬੰਦਾ, ਜਿਹੜਾ ਵੀ ਟਿੱਪਣੀ ਕਰਦਾ ਉਹਦਾ ਵਿਰੋਧ ਕਰਦਾ। ਉਹੀ ਬੰਦਾ ਝੂਠੇ ਬੰਦੇ ਦਾ ਸਾਥ ਦੇ ਰਿਹਾ, ਝੂਠੇ ਬੰਦੇ ਦਾ ਸਾਥ ਦੇ ਰਿਹਾ, ਪੱਤਰਕਾਰੀ ਨਹੀਂ। ਤੁਸੀਂ ਸਾਬਿਤ ਕਰੋ ਕਿ ਝੂਠਾ ਹੈਗੇ ਆ ਕਿ ਤੁਸੀਂ? ਮੈਂ ਕਹਿੰਦਾ ਵੀਰ ਜੀ, ਬਹੁਤ ਸਾਰੇ ਦੋਸ਼ ਲਾ ਰਹੇ, ਮੈਂ ਝੂਠ ਬੋਲਦਾ ਹੀ ਨਹੀਂ, ਮੈਂ ਸਾਬਿਤ ਕਰਾਂਗਾ ਉਹ ਬੰਦਾ ਝੂਠੇ ਦਾ ਸਾਥ ਦੇ ਰਿਹਾ। ਮੈਨੂੰ ਕਹਿੰਦਾ ਵੀ ਇਹ ਢਾਹ ਲਾਉਣ ਵਾਸਤੇ SKM ਨੂੰ, ਮੈਨੂੰ ਸਬੂਤ ਕਰਾ ਦੇ, ਮੈਂ ਇਹਦਾ ਚੋਰ ਆ ਸਾਰੀ ਜ਼ਿੰਦਗੀ ਵਾਸਤੇ। ਹਾਂਜੀ ਨਿਮਾਣਾ ਜੀ, ਅੱਜ ਤੁਸੀਂ ਮੀਟਿੰਗ ਕੀਤੀ ਕੁਛ ਵਿਰੋਧ ਵੀ ਹੋਇਆ ਤੁਹਾਡਾ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅੰਨਦਾਤਾ ਕਿਸਾਨ ਮਜ਼ਦੂਰ ਯੂਨੀਅਨ ਦੀ ਕੋਰ ਕਮੇਟੀ ਦੀ ਸਰਪ੍ਰਸਤੀ ਹੇਠ ਇੱਕ ਪਹਿਲੀ ਮੀਟਿੰਗ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਦੀ ਬੇਸਮੈਂਟ 'ਚ ਰੱਖੀ ਗਈ ਸੀ। ਅਤੇ
ਅਸੀਂ ਯੂਨੀਅਨ ਦਾ ਅੱਜ ਵਿਸਥਾਰ ਕਰਨ ਲਈ ਰੱਖੀ ਗਈ ਸੀ, ਜਿਹਦੇ ਵਿੱਚ ਅੱਜ ਅਸੀਂ ਕੌਮੀ ਪੱਧਰ ਦੀਆਂ ਕੁਝ ਨਿਯੁਕਤੀਆਂ ਕੀਤੀਆਂ ਔਰ ਅਸੀਂ ਅੱਜ ਆਪਣਾ ਯੂਥ ਵਿੰਗ ਦਾ ਕੌਮੀ ਪ੍ਰਧਾਨ ਜਗਰਾਜ ਸਿੰਘ ਮੰਡ ਨੂੰ ਵੀ ਨਿਯੁਕਤ ਕੀਤਾ ਔਰ ਹਰਪ੍ਰੀਤ ਸਿੰਘ ਮੱਖੂ ਨੂੰ ਜ਼ਿਲ੍ਹਾ ਦਿਹਾਤੀ ਦਾ ਪ੍ਰਧਾਨ ਲੁਧਿਆਣੇ ਦਾ ਨਿਯੁਕਤ ਕੀਤਾ ਔਰ ਅੱਜ ਦੀ ਕੌਮੀ ਪੱਧਰ ਦੀਆਂ ਮੀਟਿੰਗਾਂ ਦੇ ਵਿੱਚ ਕੋਰ ਕਮੇਟੀ ਮੈਂਬਰ ਹੋਰ ਲਏ ਆ, ਨਾਲ ਸੀਨੀਅਰ ਮੀਤ ਪ੍ਰਧਾਨ ਨਿਯੁਕਤੀ ਕੀਤੀ ਹੈ, ਜਨਰਲ ਸਕੱਤਰਾਂ ਦੀ ਨਿਯੁਕਤੀ ਕੀਤੀ ਹੈ, ਮੀਤ ਪ੍ਰਧਾਨ ਦੀ ਨਿਯੁਕਤੀ ਕੀਤੀ ਹੈ, ਜਥੇਬੰਦੀ ਸਕੱਤਰ ਦੀ ਨਿਯੁਕਤੀ ਕੀਤੀ ਹੈ, ਪ੍ਰਚਾਰ ਸਕੱਤਰ ਦੀ ਨਿਯੁਕਤੀ ਕੀਤੀ ਹੈ, ਕਾਨੂੰਨੀ ਸਲਾਹਕਾਰ ਦੀ ਨਿਯੁਕਤੀ ਕੀਤੀ ਹੈ ਔਰ ਸਲਾਹਕਾਰ ਦੀ ਨਿਯੁਕਤੀ ਕੀਤੀ ਹੈ ਅਤੇ ਕੁਝ ਜ਼ਿਲ੍ਹੇ ਦੇ ਵਿੱਚ ਵੀ ਹੋਰ ਨਿਯੁਕਤੀਆਂ ਹੋਈਆਂ ਲੁਧਿਆਣੇ ਸ਼ਹਿਰ ਅਤੇ ਦਿਹਾਤੀ ਦੇ ਵਿੱਚ। ਸੋ ਸਤਿਗੁਰੂ ਦੀ ਪਾਰ ਅਤੇ ਬਖਸ਼ਿਸ਼ ਨਾਲ ਬੜੀ ਚੜ੍ਹਦੀ ਕਲਾ ਵਾਲੀ ਮੀਟਿੰਗ ਲਈ ਚੱਲ ਰਹੀ ਸੀ, ਜਿਹਦੇ ਵਿੱਚ ਸਾਡੇ ਅੰਨਦਾਤਾ ਕਿਸਾਨ ਯੂਨੀਅਨ ਦੇ ਰਾਸ਼ਟਰੀ ਪ੍ਰਧਾਨ ਗੁਰਮਤ ਸਿੰਘ ਵਿਰਕ, ਦਸ ਪਹਿਲਾਂ ਦਾ ਪ੍ਰਧਾਨ ਸੀ ਪੰਜਾਬ ਦਾ, ਉਹਦਾ ਦੇਸ਼ ਵਿਰੋਧੀ ਕਿਸਾਨ ਵਿਰੋਧੀ ਚਿਹਰਾ ਵੇਖਦੇ ਹੋਏ ਸਾਰੇ ਪੰਜਾਬ ਦੇ ਕੈਡਰ ਦੇ ਸਾਥੀਆਂ ਦੇ ਨਾਲ ਰਾਏ ਕਰਨ ਤੋਂ ਬਾਅਦ ਅਸੀਂ 1 ਅਪ੍ਰੈਲ ਨੂੰ ਪ੍ਰੈਸ ਕਾਨਫਰੰਸ ਕਰਕੇ ਅਸਤੀਫਾ ਦੇ ਦਿੱਤਾ ਸੀਗਾ ਅਤੇ ਅੱਜ ਉਹ ਬਖਲਾਹਟ ਦੇ ਵਿੱਚ ਪਹਿਲਾਂ ਵੀ ਆ ਕੇ ਸਾਡੇ 'ਤੇ ਉਹਨਾਂ ਨੇ ਬਹੁਤ ਜ਼ਿਆਦਾ ਇਲਜ਼ਾਮ ਲਾਏ, ਜਿਵੇਂ ਕਿ ਖੂਨ ਵੇਚਣ ਦੇ 1500-2000 ਬੋਤਲ ਲੈਂਦੇ ਨੇ ਮਾਣਾ ਜੀ, ਅਤੇ ਮੈਂ ਉਦੋਂ ਪ੍ਰੈਸ ਕਾਨਫਰੰਸ ਮੈਨੂੰ ਦੂਸਰੇ ਦਿਨ ਕਰਨੀ ਪਈ, 1 ਅਪ੍ਰੈਲ ਨੂੰ ਅਸੀਂ ਕੀਤੀ, 2 ਅਪ੍ਰੈਲ ਨੂੰ ਸਾਡੇ 'ਤੇ ਇਹਨਾਂ ਨੇ ਇਲਜ਼ਾਮ ਲਾਏ ਝੂਠੇ, ਮੁੱਦਾ ਤਾਂ ਕੋਈ ਹੈ ਨਹੀਂ ਸੀ ਅਤੇ ਕੇਵਲ ਬੱਚਿਆਂ ਕਿ ਨਿਮਾਣਾ ਜੀ ਖੂਨ ਦੇ ਇਲਜ਼ਾਮ ਲਾ ਦਿਓ ਬੜੇ ਸੌਖੇ ਨੇ ਬਦਨਾਮ ਹੋਜੂਗਾ, ਉਹ ਇਲਜ਼ਾਮ ਜਿਹੜੇ ਲਾਏ ਸੀ 1500-2000 ਬੋਤਲ ਵੇਚਣ ਦੇ, ਅਤੇ ਉਦੋਂ ਫਿਰ ਅਸੀਂ ਇਹਦਾ ਜਵਾਬ ਦਿੱਤਾ ਸੀ ਪ੍ਰੈਸ ਕਾਨਫਰੰਸ ਦਾ 4 ਤਰੀਕ ਨੂੰ ਫਿਰ ਦੁਬਾਰਾ ਕਿ 719 ਕੈਂਪ ਲੱਗੇ, ਹੁਣ 726 ਲੱਗੇ ਆ, 10 ਵਾਰ ਗੌਰਮੈਂਟ ਨੇ ਸਾਨੂੰ ਸਟੇਟ ਅਵਾਰਡ ਦਿੱਤਾ, CP ਸਾਹਿਬ ਨੇ COVID-19 ਅਵਾਰਡ ਦਿੱਤਾ, DC ਸਾਹਿਬ ਨੇ COVID-19 ਦਿੱਤਾ ਔਰ ਕਿੰਨੀ ਕੁ ਧਾਰਮਿਕ ਜਥੇਬੰਦੀਆਂ ਨੇ ਅਵਾਰਡ ਦਿੱਤੇ ਇਹਦੇ ਬਾਰੇ ਮੈਨੂੰ ਆਪ ਨੂੰ ਨਹੀਂ ਪਤਾ। ਬੇਨਤੀ ਹੈ ਕਿ ਮੈਂ ਉਦੋਂ ਇਹ ਕਿਹਾ ਸੀਗਾ ਵੀ ਇਹਨਾਂ ਨੇ ਜਿਹੜੇ ਝੂਠੇ ਇਲਜ਼ਾਮ ਲਾਏ ਆ ਉਹਨਾਂ ਇਲਜ਼ਾਮਾਂ ਨੂੰ ਸਾਬਤ ਕਰਨ, ਲੱਖਾਂ ਲੋਕਾਂ ਨੂੰ ਭਾਈ ਕਨੀਆ ਜੀ ਮਿਸ਼ਨ ਸੇਵਾ ਸੁਸਾਇਟੀ ਨੇ ਖੂਨ ਵੰਡਿਆ ਨਿਸ਼ਕਾਮ ਰੂਪ ਦੇ ਵਿੱਚ ਫ੍ਰੀ ਦੇ ਵਿੱਚ, ਇੱਕ ਵੀ ਇਹ ਬੰਦਾ ਝੂਠਾ ਸੱਚਾ ਚਾਹੇ ਝੂਠਾ ਉਹ ਮੀਡੀਆ ਕੋਲ ਪੇਸ਼ ਕਰਨ ਔਰ CP ਨੂੰ ਜਾ ਕੇ ਦਰਖਾਸਤ ਐਫੀਡੇਵਿਟ ਮੇਰੇ ਦੇ ਖਿਲਾਫ ਦੇਣ ਕਿ ਨਿਮਾਣਾ ਸਾਹਿਬ ਨੇ ਪੈਸੇ ਦਿੱਤੇ ਵਿਦ ਪ੍ਰੂਫ ਸਾਬਤ ਕਰਨ। ਬਿਲਕੁਲ, ਟੋਲ ਪਲਾਜ਼ਾ ਦੇ ਕਾਰਡ ਬਣਾਉਣ ਦਾ ਮੇਰੇ ਕੋਲ ਅਧਿਕਾਰ ਸਰ ਗੁਰਮਤ ਸਿੰਘ ਵਿਰਕ ਨੇ ਦਿੱਤਾ, ਮੇਰੇ ਕੋਲ ਇਸ ਸਮੇਂ ਮੇਰੀ ਜੇਬ 'ਚ ਕਾਰਡ ਨਹੀਂ ਹੈਗਾ, ਮੈਂ ਦਿਖਾ ਦਾਂਗਾ। ਉਸ ਕਾਰਡ ਦੇ ਉੱਤੇ ਗੁਰਮਤ ਸਿੰਘ ਵਿਰਕ ਦੇ ਸੈਨ ਨੇ, ਮੈਨੂੰ ਚਲੋ ਜ਼ਿਲ੍ਹੇ ਦਾ ਪ੍ਰਧਾਨ ਥਾ ਆਪਦਾ, ਉਹਦੇ 'ਤੇ ਉਹਨੇ ਲਿਖਿਆ ਟੋਲ ਫਰੀ, ਅਤੇ ਮੈਂ ਆਪਣੇ ਪ੍ਰਧਾਨ ਦੀ ਜਥੇਬੰਦੀ ਜਿਹੜੇ ਨਿਯਮ ਨੇ ਉਹਨੂੰ ਫੋਲੋ ਕਰਨਾ, ਜਿਹੜੇ 1000 ਰੁਪਏ ਦਾ ਇਲਜ਼ਾਮ ਲਾਇਆ ਉਹ ਵੀ ਇਹ ਬੰਦੇ ਸਾਹਮਣੇ ਲੈ ਕੇ ਆਉਣ, ਕਿਹਦੇ ਕੋਲ ਪੈਸੇ ਲਿਆ, ਮੈਂ ਕਿਸੇ ਕੋਲੋਂ ਵੀ ਪੈਸਾ ਨਹੀਂ ਲਿਆ, ਨਾ ਮੈਂ ਕਿਸੇ ਦੀ ਪਰਚੀ ਕੱਟੀ ਹੈ, ਮੈਂ ਸਿਰੇ ਤੋਂ ਇਹਦੇ ਝੂਠੇ ਇਲਜ਼ਾਮਾਂ ਨਿਖਾਰਦਾ, ਕਿਉਂਕਿ ਇਹ ਏਜੰਸੀਆਂ ਦੇ ਬੰਦੇ ਨੇ ਅਤੇ ਏਜੰਸੀਆਂ ਦੇ ਕਹਿਣ 'ਤੇ ਖਲਲ ਪਾਉਣ ਆਇਆ ਕਿ ਇਹਨੂੰ ਪੰਜਾਬ ਦੇ ਵਿੱਚ ਖੜ੍ਹਾ ਨਹੀਂ ਹੁੰਦਣਾ, ਪਰ ਉਹ ਤੁਸੀਂ ਵੇਖ ਲਿਆ ਵੀ ਕਿੰਨਾ ਇੱਥੇ ਛੋਟੀ ਜਿਹੀ ਮੀਟਿੰਗ ਸੀ ਸਾਡੀ ਅਤੇ ਕਿੱਡਾ ਇਕੱਠ ਸੀਗਾ, ਹੰਗਾਮਾ ਵੀ ਕਾਫੀ ਹੋਇਆ। ਚਲੋ ਹੰਗਾਮਾ ਤਾਂ ਉਹਨਾਂ ਜਦੋਂ ਦੱਸਿਆ ਕਿ ਏਜੰਸੀਆਂ ਦੇ ਬੰਦੇ ਨੇ, ਮੈਂ ਪਹਿਲਾਂ ਪ੍ਰੈਸ ਕਾਨਫਰੰਸ 1 ਤਰੀਕ ਨੂੰ ਵੀ ਦੱਸ ਚੁੱਕਿਆ ਕਿ ਇਹਨਾਂ ਦਾ ਕਿਸਾਨ ਵਿਰੋਧੀ ਮੈਂ ਜੋ ਚਿਹਰਾ ਨੰਗਾ ਕੀਤਾ ਅਤੇ ਬਖਲਾਹਟ ਦੇ ਵਿੱਚ ਆ ਕੇ ਇਹ ਕੁਝ ਕਰ ਰਿਹਾ, ਮੈਨੂੰ ਦੱਸੋ ਜੇ ਪੰਜਾਬ ਦੇ ਵਿੱਚ ਅੰਤ ਤੱਕ ਕਿਸਾਨ ਯੂਨੀਅਨ ਮੈਂ ਖੜ੍ਹੀ ਕੀਤੀ ਸੀ ਇਹਦੇ ਦਿਸ਼ਾ ਨਿਰਦੇਸ਼ਾਂ 'ਤੇ, ਅਤੇ ਜੇ ਸੱਚਾ ਹੁੰਦਾ ਇਹਦੇ ਨਾਲ ਇੱਕ ਵੀ ਤਾਂ ਬੰਦਾ ਲੁਧਿਆਣੇ 'ਚੋਂ ਹੀ ਲੈਣ ਦਾ, ਪੰਜਾਬ ਦੇ ਵਿੱਚੋਂ ਵੀ ਕੋਈ ਇਹਦੇ ਨਾਲ ਬੰਦਾ ਇੱਕ ਆਇਆ ਦਲੀਪ ਸਿੰਘ ਬਿੱਕਰ,
ਜਿਹਨੂੰ ਇਹ ਲਾਲਚੀ ਕਿ ਹੁਣ ਪ੍ਰਧਾਨ ਮੈਂ ਬਣਨਾ, ਜਦਕਿ ਉਹ ਵੀ ਇੱਕ ਝੂਠ ਦਾ ਸਹਾਰਾ ਲੈ ਰਿਹਾ। ਹੋਰ ਉਹਨਾਂ ਕੋਈ ਬੰਦਾ ਨਹੀਂ, ਨਿਹੰਗ ਸਿੰਘ ਸਾਡੇ ਜਥੇਬੰਦੀਆਂ ਦੇ ਦੋ ਚਾਰ ਸਤਿਕਾਰਯੋਗ ਉਹ ਲੈ ਕੇ ਆਏ ਸਨ ਨਿਹੰਗ ਸਿੰਘ ਨੂੰ, ਜਿਨ੍ਹਾਂ ਨੂੰ ਗੁਮਰਾਹ ਕਰਕੇ ਲਿਆਂਦਾ ਗਿਆ, ਉਹਨਾਂ ਨੂੰ ਨਹੀਂ ਪਤਾ ਗੱਲ ਕੀ ਹੈ। ਉਹਨਾਂ ਨੂੰ ਅੱਜ ਅਸਲੀਅਤ ਪਤਾ ਲੱਗ ਗਈ ਇੱਥੇ ਆ ਕੇ। ਅੰਨਦਾਤਾ ਦੇਖੋ, ਅੰਨਦਾਤਾ ਕਿਸਾਨ ਯੂਨੀਅਨ ਨਾਲ ਸਾਡਾ ਕੋਈ ਸੰਬੰਧ ਨਹੀਂ, ਅਤੇ ਨਾ ਇਹ ਅੰਨਦਾਤਾ ਕਿਸਾਨ ਯੂਨੀਅਨ ਹੈ, ਇਹ ਅੰਨਦਾਤਾ ਕਿਸਾਨ ਮਜ਼ਦੂਰ ਯੂਨੀਅਨ ਹੈ। ਮੈਂ ਮਜ਼ਦੂਰ ਹਾਂ, ਮੇਰੇ ਸਾਥੀ ਬੜੇ ਮਜ਼ਦੂਰ ਨੇ। ਔਰ ਦੂਸਰੀ ਗੱਲ ਆ ਕਿ ਜੇ ਇਹਨਾਂ ਨੂੰ ਕੋਈ ਤਕਲੀਫ ਹੈ ਅੰਨਦਾਤਾ ਕਿਸਾਨ ਮਜ਼ਦੂਰ ਯੂਨੀਅਨ ਤੋਂ, ਸਾਨੂੰ ਲੋਕਲ ਕਾਨੂੰਨੀ ਕਾਰਵਾਈ ਕਰਨ ਸਾਡੇ 'ਤੇ, ਸਾਨੂੰ ਲੀਗਲ ਨੋਟਿਸ ਭੇਜਣ। ਜੇ ਅਸੀਂ ਕਾਨੂੰਨ ਦੇ ਹਿਸਾਬ ਨਾਲ ਅਸੀਂ ਗਲਤ ਹੋਏ, ਅਸੀਂ ਇਹ ਨਾਂ ਨਾ ਰੱਖ ਸਕਦੇ ਹੋਏ, ਤਾਂ ਅਸੀਂ ਵਿਦਡਰਾਅ ਕਰ ਲਾਂਗੇ, ਅਸੀਂ ਆਪਦਾ ਨਾਮ ਚੇਂਜ ਕਰ ਦਿਆਂਗੇ। ਉਹਨਾਂ ਨੇ ਪਰਚੀਆਂ ਕੱਢ ਕੇ ਹਜ਼ਾਰਾਂ ਰੁਪਏ ਇਕੱਠਾ ਕਰਨ 'ਤੇ ਵੀ ਇਲਜ਼ਾਮ ਲਗਾਏ ਨੇ ਤੁਹਾਡੇ? ਉਹ ਤਾਂ ਮੈਂ ਦੱਸਤਾ ਜੀ, ਪਹਿਲੀ ਗੱਲ ਹੈ ਕਿ ਉਹ ਇਹਦੇ ਇਸ਼ਾਰੇ 'ਤੇ ਹੀ ਪੈਸੇ ਇਕੱਠੇ ਕੀਤੇ ਗਏ, ਕਿਸੇ ਕੋਲੋਂ ਹਜ਼ਾਰਾਂ ਰੁਪਏ ਨਹੀਂ ਲਏ ਗਏ। ਇੱਕ ਮੈਂ ਇੱਥੇ ਮੈਂ ਤੁਹਾਨੂੰ ਸ਼ਾਇਦ ਤੁਹਾਡੇ ਤੁਸੀਂ ਪਹਿਲਾਂ ਵੀ ਲੈ ਚੁੱਕੇ ਦੱਸ ਚੁੱਕਿਆ, ਉਹਦੇ ਵਿੱਚ ਮੈਂ ਕੈਨੇਡਾ ਗਿਆ ਸੀ ਜੁਲਾਈ ਦੇ ਵਿੱਚ, ਅਗਸਤ 'ਚ ਵਾਪਸ ਆਇਆ, ਮੇਰੇ ਪਿੱਛੋਂ 32,000 ਰੁਪਏ ਇਕੱਠਾ ਕੀਤਾ, ਗੁਰਮੈਂ ਸਿੰਘ ਵੇਖ ਕੇ ਕਹਿੰਦੇ ਇਕੱਠਾ ਕੀਤਾ। ਉਹਨੂੰ ਅਸੀਂ ਆ ਪੋਪੂਲਰ ਇਲੈਕਟ੍ਰੋਨਿਕ ਵਾਲਾ, ਮੈਂ ਉਹਦਾ ਨਾਂ ਨਹੀਂ ਲੈਣਾ ਚਾਹੁੰਦਾ, ਹੈ ਨਾ, ਕਿੰਗਸ ਪੈਡ ਦੇ ਸਾਹਮਣੇ ਆ ਉਹ ਬੰਦਾ, ਉਹਦੀ ਦੁਕਾਨ ਇਲੈਕਟ੍ਰੋਨਿਕ ਦੀ, ਉਹ ਕੈਸ਼ੀਅਰ ਜਨਰਲ ਸਕੱਤਰ ਸੀ, ਉਹਨੇ 32,000 ਇਕੱਠਾ ਕੀਤਾ। ਜਦੋਂ ਉਹਦੀ ਕਿਸਾਨ ਯੂਨੀਅਨ ਵਿਰੋਧੀ ਕਾਰਵਾਈਆਂ ਕਰਕੇ ਗੁਰਮੈਂ ਸਿੰਘ ਵਿਰਕ ਦੇ ਕਹਿਣ 'ਤੇ, ਕੋਰ ਕਮੇਟੀ ਦੇ ਕਹਿਣ 'ਤੇ ਉਹਨੂੰ ਉੱਥੋਂ ਅਸੀਂ ਕੱਢਿਆ ਯੂਨੀਅਨ ਵਿੱਚੋਂ। ਉਹਦੀ ਇੱਕ ਪ੍ਰੈਸ ਰਿਲੀਜ਼ ਪਈਆਂ, ਤੁਹਾਨੂੰ ਚਾਹੀਦੀ ਮੈਂ ਦੇ ਦਿਆਂਗਾ, 11 ਅਕਤੂਬਰ 2023 ਨੂੰ ਕੱਢਿਆ ਸੀ। ਉਹਦੇ ਮਨ 'ਚ ਮੇਰੇ ਪ੍ਰਤੀ ਨਫ਼ਰਤ ਸੀਗੀ, ਮੇਰੇ ਨਾਲ ਦੁਸ਼ਮਣੀ ਰੱਖਦਾ ਸੀਗਾ, ਜਦਕਿ ਮੇਰੇ ਮਨ 'ਚ ਕਿਸੇ ਪ੍ਰਤੀ ਕੁਛ ਨਹੀਂ ਹੁੰਦਾ। ਜੋ ਮੇਰੇ ਪ੍ਰਧਾਨ ਦੇ ਹੁਕਮ ਸੀ ਉਹ ਕਾਰਵਾਈ ਕੋਰ ਕਮੇਟੀ ਦੇ ਸਹਿਮਤੀ ਦੇ ਨਾਲ ਅਸੀਂ ਪਾਈ, ਅਤੇ ਜਿਹਦੇ ਕਰਕੇ ਉਹਦੇ ਮਨ ਦੇ ਵਿੱਚ ਸੀ ਕਿ ਇਹਨੂੰ ਹੁਣ ਬਦਨਾਮ ਕਰਨਾ, ਉਹਨੇ ਕੀਤੀ ਹੈ। ਉਹਦੇ ਕੋਲ 32,000 ਅੱਜ ਵੀ ਪਿਆ, ਅਤੇ ਉਹਨੇ ਹੀ ਇਹਦੇ ਨਾਲ ਰਲ ਕੇ, ਮੇਰੀ 1 ਤਰੀਕ ਦੀ ਪ੍ਰੈਸ ਕਾਨਫਰੰਸ ਅਸਤੀਫਾ ਦੇਣ ਤੋਂ ਬਾਅਦ 2 ਤਰੀਕ ਉਹਦੇ ਨਾਲ ਰਲ ਕੇ ਨਹੀਂ ਕੀਤੀ, ਉਦੋਂ ਵੀ ਕੋਈ ਬੰਦਾ ਇਹਦੇ ਨਾਲ ਨਹੀਂ ਬੈਠਾ, ਹੈ ਨਾ। ਉਹ ਸਾਰਾ ਪੰਜਾਬ ਦਾ ਕੇਡਰ ਅੱਜ ਮੇਰੇ ਨਾਲ ਹੈ, ਉਹਨਾਂ ਨੇ ਮੈਨੂੰ ਦੁਬਾਰਾ ਪ੍ਰਧਾਨ ਚੁਣਿਆ, ਸਰਵ ਸੰਮਤੀ ਨਾਲ ਚੁਣਿਆ। ਔਰ ਮੈਂ ਇੱਥੋਂ ਤੱਕ ਕਿਹਾ ਸੀ, ਮੈਂ ਪ੍ਰੈਸ 'ਚ ਦੱਸਣ ਲੱਗਿਆ, ਮੈਂ ਆਪਦੀ ਕੋਰ ਕਮੇਟੀ ਨੂੰ ਦੱਸਿਆ, ਮੈਂ ਕਿਹਾ ਭਾਈ ਇਹ ਮੇਰੇ ਕੋਲ ਭਾਈ ਕਿ ਨਹੀਂ ਹੈ ਸੇਵਾ, ਮੈਂ 'ਚ ਬਹੁਤ ਬਿਜ਼ੀ ਰਹਿੰਦਾ, ਤੁਸੀਂ ਮੈਨੂੰ ਆਪਣਾ ਵਰਕਰ ਬਣਾ ਲਓ ਜਾਂ ਕੁਛ ਵੀ ਮੈਨੂੰ ਸੇਵਾ ਦੇ ਦਿਓ, ਪ੍ਰਧਾਨ ਨਵਾਂ ਚੁਣ ਲਓ। ਉਹ ਕਹਿੰਦੇ ਅਸੀਂ ਜਰਨੈਲ ਨਹੀਂ ਬਦਲਣਾ, ਜਦੋਂ ਜੰਗ ਲੱਗੀ ਹੋਈ ਜਰਨੈਲ ਨਹੀਂ ਬਣਨਾ, ਕੋਈ ਜੰਗ ਇਹਨਾਂ ਨੇ ਸ਼ੁਰੂ ਕੀਤੀ ਅਸੀਂ ਨਹੀਂ ਕੀਤੀ, ਅੱਜ ਤਾਂ ਅਸਤੀਫਾ ਐਕਸੈਪਟ ਹੋ ਕੇ ਆਪਣਾ ਕੰਮ ਕਰ ਰਹੇ ਹਾਂ। ਹੁਣ ਤੁਸੀਂ ਪ੍ਰਧਾਨ ਬਣ ਗਏ, ਕੀ ਕਰੋਗੇ ਕਿਸਾਨ ਮਜ਼ਦੂਰਾਂ ਵਾਸਤੇ? ਕੀ ਸੀ ਦੇਖੋ, ਅਸੀਂ ਜਿਹੜੀ ਸਭ ਤੋਂ ਪਹਿਲਾਂ ਤਾਂ ਕਿਸਾਨਾਂ ਮਜ਼ਦੂਰਾਂ ਅਤੇ ਵਪਾਰੀਆਂ ਦੀ ਜੱਥੀ ਬਣੀ ਨਵੀਂ ਬਣਾਈ ਹੈ ਜਿਹੜੀ ਅਸੀਂ ਅੰਨਦਾਤਾ ਕਿਸਾਨ ਮਜ਼ਦੂਰ ਯੂਨੀਅਨ, ਉਹਨਾਂ ਦੀ ਹੱਕਾਂ ਦੀ ਰਾਖੀ ਲਈ ਅਸੀਂ ਇਹਦੀ ਜ਼ੋਰਦਾਰ ਆਪਣੀ ਆਵਾਜ਼ ਬੁਲੰਦ ਕਰਾਂਗੇ ਉਹਨਾਂ ਹੱਕਾਂ ਲਈ। ਔਰ ਸਮੁੱਚੇ ਪੰਜਾਬ ਦੇ ਅੰਦਰ SKM ਦੇ ਸੁੱਖ ਕਿਸਾਨ ਮੋਰਚੇ ਦੇ ਦਿੱਤੇ ਸੱਦੇ 'ਤੇ ਜਿਹੜੇ ਉਹਨਾਂ ਨੇ BJP ਦੇ ਲੀਡਰਾਂ ਨੂੰ ਘੇਰ ਕੇ ਸਵਾਲ ਕਰਨ ਨੂੰ ਕਿਹਾ, ਉਹ ਸਮੁੱਚੇ ਪੰਜਾਬ ਦੇ ਅੰਦਰ ਅਸੀਂ BJP ਲੀਡਰਾਂ ਦੇ ਉਮੀਦਵਾਰਾਂ ਨੂੰ ਘੇਰ ਕੇ ਉਹਨਾਂ ਨੂੰ ਕਿਸਾਨਾਂ ਦੇ ਜਿਹੜੇ ਸਾਨੂੰ SKM ਵੱਲੋਂ ਸਵਾਲ ਆਏ ਨੇ ਉਹ ਅਸੀਂ ਪੁੱਛਾਂਗੇ।